इतना ही देखा बस आया बन आ चार कपड़ा रह गया जरा एरिया है सारिया सड़क तोड़ दी सारी मिट्टी सारा एरिया डूब दिता इन्हां दी मशीन नहीं चलती इत्थे बुलाओ इन्हां नूं मिट्टी इन्हां दे पोर टिप्पर लवाओ इन्हां दे नाल ले मैनूं दे फोन जरा आ दे नूं एसडीएम कित है एसडीएम आया एसडीएम इतने फोन चेक नहीं आया नहीं वाले नहीं आना हेलो नहीं आया नहीं कोई जी सत श्री अकाल जी साहब बिहार के जी साहब दोनों ही आ जरा सा 10-15-20 किलोमीटर का बन है ना सारा ही जरा ना ये समझ लो कि खतरनाक कंडीशन ही है पानी उपर की वगदा पाया ਪਿੰਡਾਂ ਵਾਲੇ ਵਿਚਾਰੇ ਲੱਗੇ ਹੋਏ ਆ ਆਪਣੇ ਹਿਸਾਬ ਦੇ ਨਾਲ ਕਿਰਾਏ ਲੈ ਕੇ ਜਿਸਬੀ ਲੈ ਕੇ ਵਗੈਰਾ ਲੈ ਕੇ ਅਤੇ ਮੈਨੂੰ ਲੱਗਦਾ ਇਹਦਾ ਜਿਹੜੇ ਸਾਡੇ ਐਕਸਪ੍ਰੈਸ ਵੇ ਵਾਲੇ ਹੈਗਾ ਸਾਰਾ ਏਰੀਆ ਚੁੱਕ ਕੇ ਲੈ ਗਿਆ ਮਿੱਟੀ ਦਾ ਉਹਨਾਂ ਨੂੰ ਫਿਲਹਾਲ ਉਹਨਾਂ ਦੀਆਂ ਮਸ਼ੀਨਾਂ ਮਸ਼ੀਨਾਂ ਇੱਥੇ ਖੜੀਆਂ ਗੱਡੀਆਂ ਖੜੀਆਂ ਮਸ਼ੀਨਾਂ ਖੜੀਆਂ ਉਹਨਾਂ ਨੂੰ ਲਾਓ ਜੀ ਇੱਥੇ ਹੈਲਪ 'ਤੇ ਕਿ ਵੀ ਉਹ ਟਰਾਲੀਆਂ ਨਾਲ ਜਾਂ ਜਿਸਬੀ ਮਸ਼ੀਨਾਂ ਨਾਲ ਤਾਂ ਅਸੀਂ ਦਰਿਆ ਨਹੀਂ ਬਚਾ ਸਕਣਾ ਜੀ ਐਕਸਪ੍ਰੈਸ ਵੇ ਵਾਲੇ ਬਿਲਕੁਲ ਉਹਨਾਂ ਦਾ ਕੋਈ ਸਹਿਯੋਗ ਨਹੀਂ ਹੈਗਾ ਇੱਥੇ ਅਸੀਂ ਮੁੜ ਕੇ ਮੈਂ ਚੱਲਣ ਨਹੀਂ ਦੇਣੀਆਂ ਉਹਨਾਂ ਦੀਆਂ ਗੱਡੀਆਂ ਇੱਥੇ ਮੁੜ ਕੇ ਨਾ ਮਸ਼ੀਨਾਂ ਹਾਂਜੀ ਹਾਂਜੀ ਉਹਨਾਂ ਨੂੰ ਕਹੋ ਕਿ ਪਹੁੰਚੋ ਦਰਿਆ 'ਤੇ ਜਿਹੜਾ ਬੁਰਜ ਹਸਨ ਹਜੇ ਬਿਲਕੁਲ ਨਹੀਂ ਕੋਈ ਵੀ ਮਦਦ ਪਹੁੰਚੀ ਔਰ ਐਸ ਡੀ ਐਮ ਇੱਥੇ ਹੈ ਨਹੀਂ ਗਾ ਕੋਈ ਨਹੀਂ ਆਇਆ ਇੱਥੇ ਐਸ ਡੀ ਐਮ ਕੋਈ ਨਹੀਂ ਆਇਆ ਤਹਿਸੀਲਦਾਰ ਇੱਥੇ ਹੀ ਆ ਐਸ ਡੀ ਐਮ ਨਹੀਂ ਪਹੁੰਚਿਆ ਇੱਥੇ ਫੋਨ ਮੈਨੂੰ ਸਵੇਰੇ ਆਇਆ ਸੀ ਐਸ ਡੀ ਐਮ ਦਾ ਅਤੇ ਆਪ ਨਹੀਂ ਉਹ ਪਹੁੰਚਿਆ ਜੀ ਅਤੇ ਸਾਰੀ ਸਟਰਗਲ ਆਪ ਹੀ ਲੱਗੇ ਹੋਏ ਆ ਜੀ ਸਾਰੇ ਬੰਦੇ ਬੜੀ ਮੁਸ਼ਕਲ ਦੇ ਨਾਲ ਵਿਚਾਰੇ ਕਰ ਰਹੇ ਆ ਪਰ ਕਿੰਨਾ ਕਰ ਸਕਦੇ ਐਫਰਟ ਹੈ ਕਰੋ ਜੀ ਕਰੋ ਕਰੋ ਉਹਨਾਂ ਨੂੰ ਲਾਉਣੇ ਇੱਥੇ ਐਕਸਪ੍ਰੈਸ ਵੇ ਵਾਲਿਆਂ ਨੂੰ ਠੀਕ ਹੈ ਹੈ ਨਾ ਟਿੱਪਰ ਲਿਆਉਣਾ ਆਪਣੇ ਥੱਲੇ ਮਿੱਟੀ ਤਾਂ ਹੈ ਹੀ ਹੈ ਨਾ ਸਾਰੇ ਹੈਗੀ ਥੱਲੇ ਮਿੱਟੀ ਹੈਗੀ ਇੱਥੇ ਪਈ ਹੈ ਉਹ ਦੇਖੀ ਕਰੇ ਤਾਂ ਨਾ ਮਾਰ ਸਕਦੇ ਐਕਸਪ੍ਰੈਸ ਵੇ ਵਾਲੇ ਸਰ ਹਾਂ ਜਿਹੜੀ ਮੋਟਰਸਾਈਕਲ ਆ ਉਹ ਕੱਟ ਲਿਆ ਉਹ ਮੋਟਰਸਾਈਕਲ ਦੇਖੋ ਕਿਹੜਾ ਉਹ ਮੋਰੇ ਮੁੰਡੇ ਟਰਾਲੀ ਆ ਫਸੀ ਬੜੀ ਮਿਲ ਕੇ ਕੰਟਰੋਲ ਕਰ ਗਏ ਆ ਤਾਂ ਇਹ ਲੋਕ ਹੀ ਕਰ ਸਕਦੇ ਆ ਕਿਸੇ ਦੇ ਬਸ ਦੀ ਗੱਲ ਨਹੀਂ ਆਪਾਂ ਦੇਖਦੇ ਆਂ ਹਾਂਜੀ ਬਾਹਲਾ ਪਾਣੀ ਆ ਹਾਂਜੀ ਆ ਫਲੋਰ ਵਧ ਰਿਹਾ ਜੀ ਫਲੋਰ ਉੱਥੇ ਚੱਲ ਰਿਹਾ ਫਲੋਰ ਦੋ ਥਾਂ ਤੋਂ ਟੁੱਟਾ ਹਾਂਜੀ ਜੀ ਕਿਲਾ ਵਗੈਰਾ ਸਾਰਾ ਭਰ ਗਿਆ ਹੋਇਆ ਪਾਣੀ ਨਾਲ ਤਾਂ ਵੀ ਇੰਨਾ ਮਤਲਬ ਪਾਣੀ ਆ ਤਾਂ ਦੇਖੋ ਫਿਰ ਜੋ ਨਾ ਟੁੱਟਦਾ ਫਿਰ ਟੁੱਟਣਾ ਸੀ ਬਚਾ ਹੋ ਗਿਆ ਬਹੁਤ ਜ਼ਿਆਦਾ ਖਤਰੇ 'ਚ ਆ ਪਾਣੀ ਉੱਪਰ ਚੱਲ ਰਿਹਾ ਇਹ ਵੀ ਕਾਂ ਚੱਲ ਕੇ ਚਲੋ ਦੇਖਦੇ ਪਾਣੀ ਤੇ ਟਾਈਮ ਟੂ ਟਾਈਮ ਥੋੜ੍ਹਾ ਜਿਹਾ ਹੋਰ ਵਧੀ ਜਾ ਰਿਹਾ ਆ ਅਤੇ ਹਾਲਾਤ ਲਗਭਗ ਅੱਗੇ ਨਾਲ ਹੋਰ ਖਰਾਬ ਹੋ ਜਾ ਰਿਹਾ ਪਾਣੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਆ ਅਤੇ ਪਾਣੀ ਲਗਭਗ ਬੰਦੇ ਬਿਲਕੁਲ ਆ ਦੇਖੋ ਉੱਪਰ ਆ ਰਿਹਾ ਕਾਫੀ ਹਾਲਾਤ ਇਸ ਟਾਈਮ ਪੱਤਰ ਨੇ ਕਿਸੇ ਟਾਈਮ ਵੀ ਕੋਈ ਅਣਸੁਖਾਵੀ ਘਟਨਾ ਇੱਥੇ ਜਿਹੜੀ ਹੈਗੀ ਆ ਪਾਣੀ ਨੂੰ ਲੈ ਕੇ ਵਾਪਰ ਸਕਦੀ ਆ ਜੀ ਅਰੇ ਮੁੰਡੇ ਯਾਰ ਲੱਗੇ ਵਿਚਾਰੇ ਰਾਤ ਦੇ ਲੱਗੇ ਆ ਮੁੰਡੇ ਵੀ ਐ ਥੱਕੇ ਪਏ ਆ ਮੈਂ ਕਹਿੰਦਾ ਜੇ ਤੇ ਪਾਣੀ ਨਹੀਂ ਕਹਿੰਦੇ ਲਿਆਂਦਾ ਲੰਗਰ ਦਾ ਬਹੁਤ ਦੂਰ ਦੀ ਗੱਲ ਆ
मजबूरी लगे अपने अपने संगोवाल बुर्ज हसन तक सारा दरिया का जो पोर्शन है संभाल लैन अपनी मशीन अपने टिप्पर ला के अपना बंद सामभ लैन जो ना टुटन तो बच जाए तो ठीक है ना पानी कई थावां ते उपर दी चलदा इन्हें दस दे जो अज काम ना ना आए साडे लोकां ने ते इत्थों मैं एक मोठ मिट्टी दी कढ़न देनी इन्हां नूं दस दे जरा अपने कुछ छेती आओ इत्थे पहुंचो दरिया दे उत्ते 10-15 किलोमीटर दा पोर्शन है जिहदे उत्ते सानूं मिट्टी दी जरूरत है हुण कि टिप्पर लियाओ मशीनां लियाओ जिथों मिट्टी पाउंदे आ लिया के पाओ बाद च भी असीं थोड़ी मदद करांगे सड़क बनाउण दे जे कोई अज ना आया साडा इन्हां ने वन ना संभाड़िया नुकसान हो गया लोकां दा ते अपना चक के लेजन डगी डोरा मुड़ के नहीं बन दूंगी कर दे वो देना मैं क्या बचा सच्चिका मारे सच्चिका इतने नौजवान ना तो ये